ਹਾਲ ਦੋਸਤੋ, ਸਵਾਗਤ ਹੈ ਤੁਹਾਡਾ ਜੀ ਇੱਕ ਵਾਰ ਤੋਂ ਫਿਰ ਆਪਣੇ ਯੂਟਿਊਬ ਚੈਨਲ ਵਿੱਚ, ਜਿਸ ਦਾ ਨਾਮ ਹੈ ਐਵਰੀ ਟਾਈਮ ਸਟੱਡੀ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਪੀ ਐੱਸ ਟੈਟ ਦੀਆਂ ਜਿਹੜੀਆਂ ਆਪਣੀਆਂ ਭਰਤੀਆਂ ਆ ਰਹੀਆਂ ਨੇ ਮਾਸਟਰ ਕੈਡਰ ਅਤੇ ETT ਸੈਕਿੰਡ ਐਗਜ਼ਾਮ ਲਈ, ਉਹਨਾਂ ਨੂੰ ਕੌਣ ਕੌਣ ਅਪਲਾਈ ਕਰ ਸਕਦਾ, ਤਾਂ ਤੁਹਾਨੂੰ ਵੀਡੀਓ 'ਚ ਪੂਰੀ ਇਨਫੋਰਮੇਸ਼ਨ ਦੇਵਾਂਗੇ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੀ ਐੱਸ ਟੈਟ ਦਾ ਰਿਜ਼ਲਟ ਜਿਹੜਾ ਅੱਜ 23 ਮਾਰਚ ਹੋ ਚੁੱਕਿਆ, ਜੇ ਰਿਜ਼ਲਟ ਆ ਚੁੱਕਿਆ ਅਤੇ ਨਾਲ ਹੀ ETT ਵਾਲਿਆਂ ਲਈ ਅਤੇ ਮਾਸਟਰ ਕੈਡਰ ਵਾਲਿਆਂ ਲਈ ਜਿਹੜੀ ਪੋਸਟਾਂ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਸੀ ਉਹ 31 ਮਾਰਚ ਕਰ ਦਿੱਤੀ ਗਈ ਹੈ, ਜੋ ਕਿ ਬਹੁਤ ਹੀ ਵੱਡੀ ਸਾਰਿਆਂ ਲਈ ਖੁਸ਼ਖਬਰੀ ਹੈ। ਅਤੇ ਅੱਜ ਦੀ ਵੀਡੀਓ 'ਚ ਅਸੀਂ ਕੀ ਕੁਛ ਡਿਸਕਸ ਕਰਾਂਗੇ ਉਹਦੇ ਤੁਹਾਨੂੰ ਪਹਿਲਾਂ ਦੱਸ ਦਿੰਦੇ ਜੀ ਆਪਾਂ। ਤਾਂ ਮੇਨਲੀ ਵੀਡੀਓ ਜਿਹੜੀ ਆ ਉਹ ਇਸ ਲਈ ਇਸ ਦੀ ਡਿਸਕਸ ਹੈ ਜੀ ਵੀ ਹੁਣ ਕੌਣ ਕੌਣ ਅਪਲਾਈ ਕਰ ਸਕਦਾ, ਤਾਂ ETT ਸੈਕਿੰਡ ਈਅਰ ਵਾਲੇ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ, ਇਸ 'ਚ ਤੁਹਾਨੂੰ ਦੱਸਾਂਗੇ ਪੂਰੀ ਚੰਗੀ ਤਰ੍ਹਾਂ। ਅਤੇ ਪਾਸਿੰਗ ਈਅਰ ਕੀਪਰ ਨਹੀਂ, ਕਿਉਂਕਿ ਜਿਹੜੇ ਕੈਂਡੀਡੇਟਸ ਨੇ ਹੁਣ ਪੀ ਐੱਸ ਟੈਟ ਦਾ ਰਿਜ਼ਲਟ ਆਇਆ ਅੱਜ, ਹੁਣ ਪਾਸ ਕੀਤਾ 2020, ਤਾਂ ਪਾਸਿੰਗ ਈਅਰ ਜਿਹੜਾ ਆਪਾਂ ਅਪਲਾਈ ਕਰਨ ਵੇਲੇ ਕੀ ਭਰਨਾ ਉਹ ਤੁਹਾਨੂੰ ਦੱਸਾਂਗੇ। ਅਤੇ ਨਾਲ ਹੀ ਦੱਸਾਂਗੇ ਤੁਹਾਨੂੰ ਬੀ ਐੱਡ ਕਰਨ ਵਾਲੇ ਕਰ ਸਕਦੇ ਨੇ ਅਪਲਾਈ ਜਾਂ ਨਹੀਂ ਕਰ ਸਕਦੇ, ਤਾਂ ਇਹਨਾਂ ਤਿੰਨਾਂ ਟੋਪਿਕਾਂ ਦਾ ਅੱਜ ਚੰਗੀ ਤਰ੍ਹਾਂ ਐਕਸਪਲੇਨ ਕਰਾਂਗੇ ਤੁਹਾਨੂੰ ਜੀ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਹੈ, ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ, ਤਾਂ ਕਿ ਤੁਹਾਨੂੰ ਸਾਡੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਤਾਂ ਚਲੋ ਜੀ, ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ। ਤਾਂ ਦੇਖੋ ਜੀ, ਇੱਕ ਕਮੈਂਟ ਆਇਆ ਸੀ ਰਾਮ ਸਿੰਘ ਜੀ ਦਾ ਜੀ, ਕਮੈਂਟ ਤੁਸੀਂ ਰੀਡ ਕਰ ਸਕਦੇ ਹੋ ਜੀ। ਜਿਨ੍ਹਾਂ ਦੀ ETT ਕੰਪਲੀਟ ਹੈ ਸਰ ਸੈਸ਼ਨ 2017-19, ਆਹ ਹੁਣ ਅਸੀਂ ਅਪਲਾਈ ਕਰ ਸਕਦੇ ਹਾਂ ਕਿ ਨਹੀਂ ਸਰ, ਅਜੇ DMC ਵੀ ਨਹੀਂ ਆਈ। ਤਾਂ ਤੁਹਾਨੂੰ ਦੱਸਦਾ ਕਿ ਤੁਹਾਡੀ ਜਿਹੜੀ ETT ਆ ਉਹ ਤਾਂ ਕੰਪਲੀਟ ਹੈ ਅਤੇ ਤੁਹਾਡਾ ਜਿਹੜਾ ਪੀ ਐੱਸ ਟੈਟ ਆ ਉਹ ਵੀ ਕਲੀਅਰ ਹੋ ਚੁੱਕਿਆ। ਸਭ ਤੋਂ ਪਹਿਲਾਂ ਮੇਰੇ ਵੱਲੋਂ ਰਾਮ ਸਿੰਘ ਜੀ ਨੂੰ ਕੋਂਗਰੈਚੁਲੇਸ਼ਨ ਕਿ ਉਹਨਾਂ ਪੀ ਐੱਸ ਟੈਟ ਕਲੀਅਰ ਹੋ ਚੁੱਕਿਆ, ਅਤੇ ਹੋਰ ਵੀ ਜਿੰਨੇ ਵੀ ਕੈਂਡੀਡੇਟਸ ਦਾ ਪੀ ਐੱਸ ਟੈਟ ਪੇਪਰ ਕਲੀਅਰ ਹੋਇਆ ਜੀ, ਮੇਰੇ ਵੱਲੋਂ ਕੋਂਗਰੈਚੁਲੇਸ਼ਨ ਜੀ। ਹੁਣ ਗੱਲ ਕਰ ਸਕਦੇ ਹਾਂ ਜੀ, ਕਰਦੇ ਹਾਂ ਕਿ ਅਪਲਾਈ ਕਰ ਸਕਦੇ ਜਾਂ ਨਹੀਂ ਕਰ ਸਕਦੇ। ਤਾਂ ਇਹ 100% ਸ਼ੋਰ ਜਿਹੜਾ ਅਪਲਾਈ ਕਰ ਸਕਦੇ ਨੇ, ਕਿਉਂਕਿ ਜਿਹੜਾ ਰਿਜ਼ਲਟ ਦੀ ਕਾਪੀ ਲੈ ਕੇ ਇਹ ਉਸ ਦੇ ਨਾਲ ਜਿਹੜਾ ਆਪਣਾ ETT ਦਾ ਸੈਕਿੰਡ ਐਗਜ਼ਾਮ ਆ ਉਸ ਲਈ ਫਿਲ ਕਰ ਸਕਦੇ ਨੇ। ਅਤੇ ਰਹੀ ਗੱਲ ਜਦੋਂ ਐਗਜ਼ਾਮ ਹੋਊਗਾ ਅਤੇ ਜਦੋਂ ਰਿਜ਼ਲਟ ਆਊਗਾ ਦਾ ਸੈਕਿੰਡ ਪੇਪਰ ਦਾ ਆਪਣੇ ਦਾ, ਉਸ ਟਾਈਮ ਤੱਕ ਜਿਹੜੀ ਇਹਨਾਂ ਦੀ DMC ਆ ਉਹ ਵੀ ਆ ਜਾਊਗੀ, ਅਤੇ ਇਹ ਹੁਣ ਰਿਜ਼ਲਟ ਦੇ ਆਧਾਰ 'ਤੇ ਜਿਹੜਾ ਆਪਣਾ ਸੈਕਿੰਡ ਪੇਪਰ ਆ ਉਸ ਨੂੰ ਫਿਲ ਕਰ ਸਕਦੇ ਨੇ ਜੀ। ਦੇਖੋ ਜੀ, ਦੂਸਰਾ ਕਮੈਂਟ ਆ ਸੰਤੋਸ਼ ਕੁਮਾਰੀ ਜੀ ਦਾ, ਜੇ ਇਹਨਾਂ ਦਾ ਵੀ ਜਿਹੜਾ ਪੀ ਐੱਸ ਟੈਟ ਪੇਪਰ ਆ ਇਹ ਵੀ ਕਲੀਅਰ ਹੋ ਚੁੱਕਿਆ, ਇਹਨਾਂ ਨੂੰ ਵੀ ਕੋਂਗਰੈਚੁਲੇਸ਼ਨ ਜੀ। ਅਤੇ ਇਹਨਾਂ ਦਾ ਕਮੈਂਟ ਆ ਜੀ, ETT ਸੈਕਿੰਡ ਈਅਰ ਵਾਲੇ ਵੀ ਭਰ ਸਕਦੇ ਨੇ, ਤਾਂ ਮੈਂ ਇਹਨਾਂ ਨੂੰ ਪੁੱਛਿਆ ਜਿਹੜੀ ETT ਸੈਕਿੰਡ ਈਅਰ ਵਾਲੇ ਜਿਹਨੇ ਸੈਕਿੰਡ ਈਅਰ ਚੱਲ ਰਹੀ ਹੈ ਉਹ ਭਰ ਸਕਦੇ ਨੇ ਜਾਂ ਨਹੀਂ ਭਰ ਸਕਦੇ। ਤਾਂ ਤੁਹਾਨੂੰ ਦੱਸਦਾ ਕਿ ਜੇ ਤੁਹਾਡੀ ETT ਸੈਕਿੰਡ ਈਅਰ ਚੱਲ ਰਹੀ ਹੈ ਅਤੇ ਤੁਹਾਡਾ ਜਿਹੜਾ ਪੀ ਐੱਸ ਟੈਟ ਪੇਪਰ ਫਸਟ ਕਲੀਅਰ ਆ, ਤਾਂ ਤੁਸੀਂ ਜਿਹੜਾ ETT ਦਾ ਸੈਕਿੰਡ ਐਗਜ਼ਾਮ ਆਪਣਾ ਉਸ ਲਈ ਅਪਲਾਈ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਕਿ ਪਾਸਿੰਗ ਜਿਹੜਾ ਆਪਣਾ ਹੁਣ ਫਾਰਮ ਫਿਲ ਕਰਾਂਗੇ ਜੀ ਆਪਾਂ, ਉਸ 'ਚ ਪਾਸਿੰਗ ਈਅਰ ਕੀ ਭਰਨਾ, ਮਤਲਬ ਜਿਹੜਾ ਪਾਸ ਹੋਣ ਦਾ ਸਾਲ ਕੀ ਭਰਨਾ। ਤਾਂ ਗੁਰਮੀਤ ਸਿੰਘ ਜੀ ਨੇ ਕਮੈਂਟ ਕੀਤਾ ਸੀ, ਇਹਨਾਂ ਦਾ ਵੀ ਪੀ ਐੱਸ ਟੈਟ ਪੇਪਰ ਜਿਹੜਾ ਕਲੀਅਰ ਹੋ ਚੁੱਕਿਆ, ਇਹਨਾਂ ਨੂੰ ਵੀ ਕੋਂਗਰੈਚੁਲੇਸ਼ਨ ਜੀ। ਤਾਂ ਇਹਨਾਂ ਨੇ ਕਿਹਾ ਸੀ ਪਾਸਿੰਗ ਈਅਰ ਕੌਣ ਸਾ ਫਿਲ ਕਰਨਾ ਹੈ, ਤਾਂ ਇਸ ਨਾਲ ਇੱਕ ਕਮੈਂਟ ਮਿਲਦਾ ਜੁਲਦਾ ਹੋਰ ਸੀ ਜੀ ਆਪਣੇ ਕੋਲ ਪਰਮਜੀਤ ਸਿੰਘ ਦਾ, ਇਹਨਾਂ ਦਾ ਵੀ ਆਈ ਥਿੰਕ ਜਿਹੜਾ ਪੀ ਐੱਸ ਟੈਟ ਕਲੀਅਰ ਹੋ ਚੁੱਕਿਆ, ਇਹਨਾਂ ਨੂੰ ਕੋਂਗਰੈਚੁਲੇਸ਼ਨ ਜੀ। ਅਤੇ ਇਹਨਾਂ ਨੇ ਕਮੈਂਟ ਕੀਤਾ ਸੀ ਸਰ ਪਾਸਿੰਗ ਆਫ ਈਅਰ 2020 ਭਰਨਾ ETT ਫੋਰਮ, ਮਤਲਬ ਜਿਹੜਾ ਆਪਣਾ 2020 'ਚ ਹੁਣ ਜਿਹੜਾ ਫੋਰਮ ਅਪਲਾਈ ਕਰਾਂਗੇ ਉਹਦਾ ਪਾਸਿੰਗ ਈਅਰ ਕੀ ਭਰਨਾ। ਤਾਂ ਤੁਹਾਨੂੰ ਦੱਸਦਾ ਕਿ ਬਿਨਾਂ ਕਿਸੇ ਡਾਊਟ ਤੋਂ ਤੁਸੀਂ ਜਿਹੜਾ ਪਾਸਿੰਗ ਈਅਰ ਆ ਉਹ 2020 ਭਰ ਸਕਦੇ ਹੋ, 2020 ਭਰਿਆ ਜਾਊਗਾ, ਕਿਉਂਕਿ ਤੁਹਾਡਾ ਜਿਹੜਾ ਰਿਜ਼ਲਟ ਆ 2020 'ਚ ਡਿਕਲੇਅਰ ਹੋਇਆ, ਇਸ ਲਈ ਜਿਹੜਾ ਪਾਸਿੰਗ ਈਅਰ ਆ ਈਅਰ ਆ ਉਹ ਕਿੰਨਾ ਭਰਨਾ ਜੀ 2020 ਭਰਨਾ। ਵੈਸੇ ਤਾਂ ਜਿੰਨੇ ਵੀ ਕੈਂਡੀਡੇਟਸ ਕਮੈਂਟ ਕਰਦੇ ਨੇ ਜ਼ਿਆਦਾਤਰ ਮੈਂ ਸਾਰੇ ਕੈਂਡੀਡੇਟਸ ਦਾ ਰਿਪਲਾਈ ਕਰ ਹੀ ਦਿੰਦਾ, ਪਰ ਜਿਨ੍ਹਾਂ ਕੈਂਡੀਡੇਟਸ ਦਾ ਫਿਰ ਵੀ ਇੱਕ ਦੋ ਕਮੈਂਟ ਰਹਿ ਜਾਂਦੇ ਆ ਜਿਨ੍ਹਾਂ ਦਾ ਰਿਪਲਾਈ ਨਹੀਂ ਕਰ ਸਕਦਾ ਉਸ ਲਈ ਸੋਰੀ ਜੀ। ਦੋ ਚੀਜ਼ਾਂ ਦੀ ਗੱਲ ਕਰ ਚੁੱਕੇ ਜੀ ਆਪਾਂ ਕਿ ETT ਸੈਕਿੰਡ ਈਅਰ ਵਾਲੇ ਅਪਲਾਈ ਕਰ ਸਕਦੇ ਨੇ, ਇੱਕ ਤਾਂ ਇਹ ਗੱਲ ਹੋਊਗੀ ਜੀ, ਅਤੇ ਇੱਕ ਦੂਸਰਾ ਟੋਪਿਕ ਸੀ ਆਪਣਾ ਕਿ ਪਾਸਿੰਗ, ਦੂਸਰਾ ਟੋਪਿਕ ਸੀ ਆਪਣਾ ਪਾਸਿੰਗ ਈਅਰ ਕੀ ਭਰਨਾ ਵੀ ਕਿਹੜਾ ਸਨ ਭਰਨਾ ਜੀ ਪਾਸ ਹੋਣ ਵਾਲਾ। ਅਤੇ ਹੁਣ ਗੱਲ ਕਰਦੇ ਹਾਂ ਤੀਸਰੇ ਟੋਪਿਕ ਦੀ ਕਿ BEd ਵਾਲੇ ਭਰ ਸਕਦੇ ਨੇ ਜਾਂ ਨਹੀਂ ETT ਦੀਆਂ ਪੋਸਟਾਂ। ਤਾਂ ਦੇਖੋ ਜੀ, ਇੱਕ ਕਮੈਂਟ ਆਇਆ ਸੀ ਮੇਰੇ ਕੋਲ ਗੁੰਨੂ ਸੇਤੀਆ ਜੀ ਦਾ, ਇਹਨਾਂ ਦੇ ਵੀ ਆਈ ਥਿੰਕ ਜਿਹੜਾ ਪੀ ਐੱਸ ਟੈਟ ਦਾ ਪੇਪਰ ਆ ਉਹ ਕਲੀਅਰ ਹੋ ਚੁੱਕਿਆ, ਇਹਨਾਂ ਨੂੰ ਵੀ ਕੋਂਗਰੈਚੁਲੇਸ਼ਨ ਜੀ ਮੇਰੀ ਤਰਫ ਤੋਂ। ਅਤੇ ਇਹਨਾਂ ਦਾ ਕਮੈਂਟ ਸੀ BEd ਵਾਲੇ ਵੀ ETT ਸਕਰੀਨਿੰਗ ਟੈਸਟ ਕੇ ਲਈ ਅਪਲਾਈ ਕਰ ਸਕਤੇ ਹੈ ਕਿ ਆਪ ਪਲੀਜ਼ ਟੈਲ। ਤਾਂ ਸੇਤੀਆ ਜੀ ਨੂੰ ਮੈਂ ਦੱਸਣਾ ਚਾਹੂੰਗਾ ਕਿ ਜੇਕਰ ਇਹਨਾਂ ਦਾ ਜਿਹੜਾ ਪੀ ਐੱਸ ਟੈਟ ਦਾ ਆਪਣਾ ਪੀ ਐੱਸ ਟੈਟ ਦਾ ਪੇਪਰ ਫਸਟ ਕਲੀਅਰ ਹੈ ਜੀ ਇਹਨਾਂ ਦਾ, ਤਾਂ ਇਹ ਜਿਹੜੇ ਆਪਣੀ ETT ਦਾ ਸੈਕਿੰਡ ਐਗਜ਼ਾਮ ਹੋਣਾ, ਸਕਰੀਨਿੰਗ ਵੀ ਕਹਿੰਦੇ ਉਹਨੂੰ, ਜਿਹੜਾ ਸੈਕਿੰਡ ਐਗਜ਼ਾਮ ਹੋਣਾ ETT ਦਾ ਉਸ ਲਈ ਅਪਲਾਈ ਕਰ ਸਕਦੇ ਨੇ। ਕੀ ਸ਼ਰਤ ਪਰ ਕਿ ਪੀ ਐੱਸ ਟੈਟ ਜਿਹੜਾ ਫਸਟ ਆ ਉਹ ਕਲੀਅਰ ਹੋਣਾ ਜ਼ਰੂਰੀ ਆ, ਪਲੱਸ BEd ਕੀਤੀ ਹੋਈ ਹੈ ਜੀ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਜੇਕਰ ਤੁਹਾਡਾ ਵੀ ਕੋਈ ਪੀ ਐੱਸ ਟੈਟ ਨੂੰ ਲੈ ਕੇ ਕਿਸੇ ਪ੍ਰਕਾਰ ਦਾ ਮਨ 'ਚ ਡਾਊਟ ਆ ਜਾਂ ਕੋਈ ਕੁਐਸਚਨ ਆ, ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਅਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਉਹ ਵੀ ਜ਼ਰੂਰ ਦੱਸਿਓ, ਅਤੇ ਹਜੇ ਤੱਕ ਵੀਡੀਓ ਲਾਈਕ ਨਹੀਂ ਕੀਤਾ ਪਲੀਜ਼ ਲਾਈਕ ਕਰ ਦਿਓ, ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਧੰਨਵਾਦ।